ਦੇਖੋ, ਮੈਂ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕੀਤੀ ਆ ਕਿ ਇੱਕ ਸਪੈਸ਼ਲ ਸੈਸ਼ਨ ਆ ਜਿਹੜਾ ਕਾਲ ਕੀਤਾ ਜਾਵੇ ਵਿਧਾਨ ਸਭਾ ਦਾ, ਜਿਹੜੀ ਅਪੀਲ ਮਾਣਯੋਗ ਜਾਂ ਜਿਹੜਾ ਸਲੋਗਨ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਦਿੱਤਾ ਪਾਣੀ ਦੀ ਸੰਭਾਲ ਵਾਸਤੇ, ਪੰਜਾਬ ਨੂੰ ਉਹਦੇ 'ਤੇ ਪਹਿਲਕਦਮੀ ਕਰਨੀ ਚਾਹੀਦੀ ਆ, ਸੰਜੀਦਗੀ ਦਿਖਾਉਣੀ ਚਾਹੀਦੀ ਆ। ਤੁਸੀਂ ਦੇਖੋ, ਆਹੀ ਜਿਹੜੇ ਪਟਿਆਲਾ ਸੰਗਰੂਰ ਦੇ ਕਿਸਾਨ ਨੇ ਕੁਝ ਦਿਨ ਪਹਿਲਾਂ ਤੱਕ ਇਹ ਪਾਣੀ ਦੀ ਮੰਗ ਕਰ ਰਹੇ ਸੀ, ਪਾਣੀ ਨੂੰ ਤਰਸ ਰਹੇ ਸੀ, ਅਤੇ ਉਹੀ ਪਾਣੀ ਕੁਝ ਦਿਨਾਂ ਬਾਅਦ ਇਹਨਾਂ ਦੀਆਂ ਫਸਲਾਂ ਦੇ ਖਰਾਬੇ ਦਾ ਕਾਰਨ ਬਣ ਗਿਆ, ਸਾਡੇ ਕੋਲੋਂ ਦੀ ਲੰਘ ਜਾਂਦਾ ਇੱਦਾਂ। ਸੋ ਅੱਜ ਮੈਂ ਸਮਝਦਾ ਜਦੋਂ ਪਾਣੀ ਪੰਜਾਬ ਦੇ ਲਈ ਹਿੰਦੁਸਤਾਨ ਦੇ ਸਾਹਮਣੇ ਇੱਕ ਦਰਪੇਸ਼ ਵੱਡੀ ਚੁਣੌਤੀ ਦੇ ਰੂਪ 'ਚ ਸਾਹਮਣੇ ਆ, ਤਾਂ ਪੰਜਾਬ ਨੂੰ ਉਸ ਸਲੋਗਨ 'ਤੇ ਪਹਿਲਕਦਮੀ ਕਰਦਿਆਂ ਹੋਇਆਂ ਸੰਜੀਦਗੀ ਦਿਖਾਉਣੀ ਚਾਹੀਦੀ ਆ, ਕੇਵਲ ਬਿਆਨਬਾਜ਼ੀ ਅਤੇ ਖਬਰਾਂ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ। ਜਦੋਂ ਵਿਸ਼ੇਸ਼ ਸੈਸ਼ਨ ਸੱਦੋਗੇ ਤਾਂ ਉਹਦੇ 'ਚ ਕੁਦਰਤੀ ਰੂਪ 'ਚ ਚਰਚਾ ਹੋਊਗੀ, ਸੁਝਾਅ ਹੋਊਗੇ, ਸਾਡੀ ਸੰਜੀਦਗੀ ਦਿਖੂਗੀ ਕਿ ਉਹ ਪਾਣੀ ਨੂੰ ਕਿਵੇਂ ਸੰਭਾਲ ਸਕਦਾ ਪੰਜਾਬ। ਆਹ ਜਿਹੜੇ ਦੌਰਾ ਹੁਣ ਕਰ ਰਹੇ ਨੇ, 11-12 ਦਿਨਾਂ ਬਾਅਦ ਚਲੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪਤਾ ਲੱਗਿਆ, ਉਹਨਾਂ ਦੇ ਦਾਦਕੇ ਵੀ ਪਾਣੀ 'ਚ ਡੁੱਬੇ ਹੋਏ ਨੇ, ਉਹਨਾਂ ਦੇ ਨਾਨਕੇ ਵੀ ਪਾਣੀ 'ਚ ਡੁੱਬੇ ਹੋਏ ਨੇ। ਜੇ ਦਾਦਕਿਆਂ ਅਤੇ ਨਾਨਕਿਆਂ ਦੀ ਸਾਰ ਲੈਣ ਲਈ ਮੁੱਖ ਮੰਤਰੀ ਸਾਹਿਬ 12 ਦਿਨਾਂ ਬਾਅਦ ਉੱਤਰ ਰਹੇ ਨੇ, ਪੰਜਾਬ ਆ ਰਹੇ ਨੇ, ਅਤੇ ਆਮ ਪੰਜਾਬ ਦੇ ਲੋਕਾਂ ਦੀ ਆਪਾਂ ਕੀ ਆਸ ਕਰ ਸਕਦੇ ਹਾਂ, ਉਹਨਾਂ ਕੋਲੋਂ ਕੀ ਉਹ ਕਰ ਸਕਦੇ ਹਾਂ। ਸੋ ਇਹ ਪਾਣੀ ਜਿਹੜਾ ਹੁਣ ਉੱਥੇ ਹੜ ਆਇਆ, ਮੈਂ ਸਮਝਦਾ ਸਿੱਧੇ ਰੂਪ 'ਚ ਡਰੇਨੇਜ ਡਿਪਾਰਟਮੈਂਟ ਦੀ ਨਲਾਇਕੀ ਆ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।